ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਸਾਡਾ ਪਹਿਲਾਂ ਵੀ ਵੱਡਾ ਧਰਨਾ ਦਿੱਤਾ ਸੀ ਅਸੀਂ, ਔਰ ਸਾਡਾ ਜੋ ਪਿਛਲੇ ਸਮੇਂ ਦੌਰਾਨ ਬੇਅਦਬੀ ਹੋਈ ਆ ਜੱਲਾ ਪਿੰਡ ਤਰਖਾਣ ਮਾਜਰਾ ਦੇ ਵਿੱਚ, ਉਹਦੇ ਜਿਹੜੀ ਕਾਰਵਾਈ ਹੋਈ ਆ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਪੰਜਾਬ ਦੀ ਸਰਕਾਰ ਵੱਲੋਂ, ਜਿਹੜਾ ਉਹਨਾਂ ਨਾਲ ਮਿਲ ਕੇ ਪਿੰਡ ਪ੍ਰਸ਼ਾਸਨ ਦੇ ਨਾਲ ਉਹ ਬੰਦੇ ਨੂੰ ਪੂਰਾ ਪੂਰਾ ਬਚਾਉਣ ਦਾ ਯਤਨ ਕੀਤਾ, ਔਰ ਤਰਖਾਣ ਮਾਜਰੇ ਜਿਸ ਬੰਦੇ ਨੇ ਫੜਿਆ ਉਹਨੂੰ, ਉਹਦੇ ਤੋਂ ਵੱਲੋਂ FIR ਚਾਹੀਦੀ ਸੀ। ਉਹਨਾਂ ਨੇ ਆਪਣੇ ਬੰਦੇ ਤੋਂ ਕਾਂਗਰਸੀ ਸਰਪੰਚ ਦੇ ਰਿਸ਼ਤੇਦਾਰ ਤੋਂ FIR ਦਵਾਈ ਆ, ਚਲਾਣ ਪੇਸ਼ ਨਹੀਂ ਕੀਤਾ, ਦੋਸ਼ੀ ਨੂੰ ਬੇਲ ਆਊਟ ਕਰਨ 'ਚ ਮਦਦ ਕੀਤੀ ਆ। ਅਸੀਂ ਸਾਡੀ ਇਹ ਡਿਮਾਂਡ ਆ ਕਿ SIT ਬਣਾ ਕੇ ਜਿਹੜੇ ਬੰਦੇ ਇਸ ਗੱਲ 'ਚ ਜ਼ਿੰਮੇਵਾਰ, ਉਹਨਾਂ ਬੰਦਿਆਂ ਨੂੰ ਨੰਗਾ ਕੀਤਾ ਜਾਵੇ, ਪਬਲਿਕ ਦੇ ਸਾਹਮਣੇ ਲਿਆਂਦਾ ਜਾਵੇ, ਔਰ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਉਹਦੀ ਬੇਲ ਕੈਂਸਲ ਕਰਾਈ ਜਾਵੇ, UAPA ਦੀ ਮਨਜ਼ੂਰੀ ਲੈ ਕੇ ਉਹਨੂੰ ਦੁਬਾਰਾ ਅੰਦਰ ਰੱਖਿਆ। ਇਹ ਸਾਡੀ ਡਿਮਾਂਡ ਆ, ਔਰ ਅੱਜ ਭਾਈ ਨਰਮੇ ਸਿੰਘ ਨੇ ਅਰਦਾਸ ਕੀਤੀ ਆ, ਔਰ ਜਿਹੜੀ ਪੰਚਕ ਰੋ ਰੀਤਾਂ ਮੁਤਾਬਕ ਇਹ ਧਰਨਾ ਸ਼ੁਰੂ ਕੀਤਾ ਗਿਆ, ਔਰ ਸਤਿਕਾਰੇ ਸਾਰੀ ਸਰਕਾਰ ਜੋ ਸੁਸ਼ੂਤਾਂ ਹਲਕਾ ਫਤਿਹਗੜ੍ਹ ਸਾਹਿਬ ਦੇ ਮੈਂਬਰ ਸਾਹਿਬ ਸੁਚਨਾ ਦੋਸਤਾਂ ਕਨੈਰ ਸਿੰਘ ਪੰਜੋਲੀ ਉਹਨਾਂ ਦੀ ਰਹਿਨਮਈ ਦੇ ਥੱਲੇ ਅੱਜ ਸਾਰਾ ਜਿਹੜਾ ਅਸੀਂ ਸ਼ੁਰੂ ਕਰਨ ਕੀਤਾ, ਔਰ ਲਗਾਤਾਰ ਇਹ ਸਾਡਾ ਜਿੱਥੇ ਸਾਡੀ ਡਿਮਾਂਡ ਪੂਰੀ ਨਹੀਂ ਕੀਤੀ ਜਾਂਦੀ, ਔਰ ਦੋਸ਼ੀ ਬੰਦੇ ਨਹੀਂ ਕੀਤੇ ਜਾਂਦੇ, ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਜਾਂਦੀ। ਕੀ ਲੋੜ ਆ ਕਿਸੇ MLA ਦੇ ਘਰ ਵਾਲੇ ਨੂੰ ਕਿਤੇ ਜਾਣ ਦੀ? ਉਹ ਤਾਂ ਲੋਕਾਂ ਦੀ ਤਸੱਲੀ ਵਾਸਤੇ ਚਾਹੀਦਾ ਸੀ, ਲੋਕਾਂ ਨੂੰ ਮਿਲਦੇ, ਲੋਕਾਂ ਦੀ ਤਸੱਲੀ ਚਾਹੁੰਦੇ, ਸਹੀ ਪਰਚਾ ਦੱਸ ਇਹ ਨਾ ਕਰਕੇ ਬਿਲਕੁਲ ਬਿਲਕੁਲ ਇਹ ਕਿਉਂ ਨਹੀਂ, ਇੱਕ ਜਗ੍ਹਾ 'ਤੇ ਕੋਈ ਗੱਲ ਹੁੰਦੀ ਆ ਉਸ ਤਰ੍ਹਾਂ ਦਾ ਟ੍ਰੈਂਡ ਜਿਹੜਾ ਹੈਗਾ ਉਹ ਅੱਗੇ ਆਉਂਦਾ, ਲੋਕਾਂ ਦੇ ਸਾਹਮਣੇ ਗੱਲ ਹੁੰਦੀ ਆ, ਲੋਕ ਰਾਜ ਆ, ਹਰ ਬੰਦੇ ਨੂੰ ਅਧਿਕਾਰ ਆ, ਤਸੱਲੀ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿਛਲੇ ਸਮੇਂ ਵਿੱਚ ਜੋ ਪਿੰਡ ਜੱਲਾ ਅਤੇ ਤਰਖਾਣ ਮਾਜਰਾ ਸਾਹਿਬ ਵਿਖੇ ਇੱਕ ਦੋਸ਼ੀ ਨੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਫਾੜ ਕੇ ਬੇਅਦਬੀ ਕੀਤੀ ਸੀ, ਉਹਦੇ ਖਿਲਾਫ਼ ਪ੍ਰਸ਼ਾਸਨ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ, ਲੇਕਿਨ ਸਮੇਂ ਸਿਰ ਚਲਾਣ ਪੇਸ਼ ਨਾ ਹੋਣ ਕਰਕੇ ਉਹ ਦੋਸ਼ੀ ਜਿਹੜਾ ਸੀ ਬਰੀ ਹੋ ਗਿਆ। ਅਸੀਂ ਪਿਛਲੇ ਦਿਨੀ ਇੱਕ ਧਰਨਾ ਸਰਦਾਰ ਸਰਦਾਰ ਸਿੰਘ ਭੱਟੀ ਸਾਹਿਬ ਦੀ ਅਗਵਾਈ ਵਿੱਚ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਕਿ ਇਸ ਦੋਸ਼ੀ ਦੇ ਖਿਲਾਫ਼ ਜੇ 22 ਤਰੀਕ ਤੱਕ ਦੁਆਰੇ ਕੋਈ ਕੇਸ ਖੋਲ੍ਹ ਕੇ ਕਾਰਵਾਈ ਨਾ ਕੀਤੀ ਗਈ ਤਾਂ ਇੱਕ ਲੜੀਵਾਰ 11 ਮੈਂਬਰੀ ਜੱਥਾ ਜਿਹੜਾ ਹਰ ਰੋਜ਼ ਧਰਨਾ ਦਿਆ ਕਰੇ, ਲੇਕਿਨ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ, ਜਦਕਿ ਦੋਸ਼ੀ ਮੌਕੇ 'ਤੇ ਗ੍ਰਿਫਤਾਰ ਹੋਇਆ ਫੜਿਆ ਗਿਆ। ਅਤੇ ਉਹਦੇ ਵਿੱਚ ਮੈਂ ਸਮਝਦਾ ਕਿ ਮੌਕੇ 'ਤੇ ਫੜੇ ਜਾਣ ਦੇ ਬਾਵਜੂਦ ਵੀ ਇਹ ਦੋਸ਼ੀ ਬਰੀ ਹੋ ਜਾਂਦਾ ਤਾਂ ਇਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਅਣਗਹਿਲੀ ਅਤੇ ਨਲੇਕੀ ਹੈ। ਇਹਦੇ ਵਿੱਚ ਪੰਜਾਬ ਸਰਕਾਰ ਦੋਸ਼ੀ ਹੈ, ਜ਼ਿਲ੍ਹਾ ਪ੍ਰਸ਼ਾਸਨ ਦੋਸ਼ੀ ਹੈ, ਅਤੇ ਅੱਜ 11 ਮੈਂਬਰੀ ਜਥੇ ਵੱਲੋਂ ਧਰਨਾ ਆਰੰਭ ਕੀਤਾ ਗਿਆ। ਉਸ ਧਰਨੇ ਦੀ ਮੁੱਖ ਮੰਗ ਇਹ ਹੈ ਕਿ ਦੁਆਰੇ ਇਹ ਕੇਸ ਨੂੰ ਖੋਲ੍ਹਿਆ ਜਾਵੇ, ਔਰ ਦੁਆਰੇ ਮੁੱਖ ਧਾਰਾਵਾਂ ਜਿਹੜੀਆਂ ਨੇ ਉਹ ਲਾਈਆਂ ਜਾਣ, UAP ਐਕਟ ਲਾ ਕੇ ਉਸ ਬੰਦੇ ਦੇ ਖਿਲਾਫ਼, ਉਹਨੂੰ ਕਿਉਂਕਿ ਉਹਨੇ ਅਮਨ ਸ਼ਾਂਤੀ ਨੂੰ ਵੀ ਭੰਗ ਕਰਨ ਦਾ ਯਤਨ ਕੀਤਾ, ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ, ਅਤੇ ਇਸ ਕਰਕੇ ਮੈਂ ਸਮਝਦਾ ਕਿ ਉਹਦੇ ਉੱਤੇ ਇਹੋ ਜਿਹਾ ਮੁਕੱਦਮਾ ਬਣਾ ਕੇ ਉਹਨੂੰ ਜੇਲ੍ਹ 'ਚ ਟੰਗਣਾ ਚਾਹੀਦਾ, ਤਾਂ ਕਿ ਮੁੜ ਕੇ ਕੋਈ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੋਤਾਂ ਦੀ ਬੇਅਦਬੀ ਨਾ ਕਰ ਸਕੇ। ਅੱਜ ਧਰਨੇ ਦੀ ਆਰੰਭਤਾ ਸਰਦਾਰ ਦਰਬਾਰ ਸਿੰਘ ਜੀ ਭੱਟੀ ਸਾਹਿਬ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰ ਕੇ ਕੀਤੀ ਹੈ, ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਲਗਾਤਾਰ ਜਿਹੜਾ ਸੰਘਰਸ਼ ਹੈ ਇਹ ਆਰੰਭਿਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਹਲਕਾ ਫਤਿਹਗੜ੍ਹ ਸਾਹਿਬ ਵੱਲੋਂ ਚੇਚੇ ਤੌਰ 'ਤੇ ਲਗਾਤਾਰ ਇਹ ਧਰਨਾ ਜਾਰੀ ਰਹੇਗਾ, ਅਤੇ ਇਹਦੇ ਵਿੱਚ ਹੋਰ ਸਿੱਖ ਸੰਗਤਾਂ ਵੀ ਜਿਹੜੀਆਂ ਨੇ ਸਮੇਂ ਸਮੇਂ ਹਾਜ਼ਰ ਹੁੰਦੀਆਂ ਰਹਿਣਗੀਆਂ। ਜਥੇਦਾਰ ਭਾਵੇਂ 11 ਮੈਂਬਰੀ ਬੈਠੇਗਾ, ਪਰ ਹੋਰ ਸੰਗਤਾਂ ਵੀ ਸਮੇਂ ਸਮੇਂ 'ਤੇ ਹਾਜ਼ਰੀ ਭਰਦੀਆਂ ਰਹਿਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।